ਸਤਿ ਸ਼੍ਰੀ ਅਕਾਲ ਜੀ, ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮਾਡਲ ਟਾਊਨ ਲੁਧਿਆਣਾ ਤੋਂ ਅੱਜ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਵਾਸਤੇ ਬਿਲਕੁਲ ਲੇਟੈਸਟ ਕਲੈਕਸ਼ਨ ਜਿਹਦੇ ਕਿ ਸਾਡੇ ਕੋਲ ਕੋਟਨ ਦੇ ਵਿੱਚ ਨਵੇਂ ਆਰਟੀਕਲ ਆਏ ਨੇ। ਇਹ ਸਾਰੇ ਹੀ ਬਹੁਤ ਸੁਪੀਰੀਅਰ ਕੋਟਨ ਦੇ ਵਿੱਚ ਨੇ, ਕਿਉਂਕਿ ਅਸੀਂ ਕੋਟਨ ਦੇ ਵਿੱਚ ਵੀ ਤੁਹਾਨੂੰ ਬਹੁਤ ਐਕਸਕਲੂਸਿਵ ਚੀਜ਼ਾਂ ਵੇਚਦੇ ਹਾਂ। ਕੁਛ ਚਿਕਨਕਾਰੀ ਹੈ, ਕੁਛ ਮਸਲੀਨ ਦੇ ਵਿੱਚ ਹੈ, ਕੁਛ ਪ੍ਰਿੰਟਿੰਗ ਹੈ, ਕੁਛ ਐਮਬਰਾਇਡਰੀ ਹੈ, ਕਿਸੇ ਉੱਪਰ ਬਲੌਕ ਪ੍ਰਿੰਟਿੰਗ ਹੈ। ਦੇਖੋ ਦੁਪੱਟਾ ਇਹਦਾ, ਬਹੁਤ ਐਕਸਕਲੂਸਿਵ ਪੀਸ ਹਨਗੇ। ਤਕਰੀਬਨ ਪੀਸ ਉਹੀ 20 ਜਾਂ 21 ਦੇ ਆਸ ਪਾਸ ਆਗੇ। ਇਹਦੇ 'ਚ ਆਲਮੋਸਟ ਦੋ ਦੋ ਕਲਰ ਆਏ ਨੇ ਅਤੇ ਕੁਛ ਸਿੰਗਲ ਸਿੰਗਲ ਪੀਸ ਵੀ ਆ ਕੇ ਤੁਹਾਨੂੰ ਨਾਲ ਨਾਲ ਦੱਸੀ ਚੱਲਾਂਗੇ। ਅਤੇ ਇਹਦੇ 'ਚ ਕੋਟਨ ਹੈ, ਮਸਲੀਨ ਹੈ, ਮੋਡਾਲ ਹੈ, 2x2 ਕੋਟਨ ਹੈ ਅਤੇ ਕੁਛ ਹੈਂਡਲੂਮ ਟਾਈਪ ਪ੍ਰੋਡਕਟ ਆਏ ਨੇ ਕੋਟਨ ਦੇ ਵਿੱਚ। ਅਤੇ ਇਹਨਾਂ ਦੀ ਬੁਕਿੰਗ ਵਾਸਤੇ ਅਸੀਂ ਤੁਹਾਨੂੰ 3 ਨੰਬਰ ਹਮੇਸ਼ਾ ਦਿਖਾਉਂਦੇ ਹਾਂ। ਨੰਬਰ ਸਾਡੇ ਸਟੋਰ ਦੇ 3 ਉਹੀ ਨੇ, ਫਿਰ ਵੀ ਅਸੀਂ ਜਦੋਂ ਵੀਡੀਓ ਸ਼ੁਰੂ ਕਰਦੇ ਹਾਂ ਇੱਕ ਵਾਰ ਨੰਬਰ 3 ਸ਼ੋਅ ਕਰ ਦਈਦੇ, ਕਿਉਂਕਿ ਆਪਾਂ ਇਹਨਾਂ ਨੰਬਰਾਂ 'ਤੇ ਹੀ ਕੋਂਟੈਕਟ 'ਤੇ ਪਿੱਕ ਭੇਜਦੇ ਹਾਂ। ਠੀਕ ਆ, ਤੁਸੀਂ ਕਿਤੇ ਵੀ ਪਾਰਸਲ ਮੰਗਾਉਣਾ ਚਾਹੁੰਦੇ ਹੋ, ਆਪਣੇ ਕੋਲ ਹਰ ਤਰ੍ਹਾਂ ਦਾ ਅਰੇਂਜਮੈਂਟ ਆ, ਚਾਹੇ ਤੁਸੀਂ ਇੰਡੀਆ ਮੰਗਾਉਣਾ ਚਾਹੁੰਦੇ ਹੋ, ਚਾਹੇ ਤੁਸੀਂ ਆਊਟ ਆਫ ਇੰਡੀਆ, ਆਪਣੇ ਕੋਲ ਹਰ ਤਰ੍ਹਾਂ ਦਾ ਅਰੇਂਜਮੈਂਟ ਹੈਗਾ ਪਾਰਸਲ ਭੇਜਣ ਦਾ। ਲਓ ਜੀ, ਵੀਡੀਓ ਸ਼ੁਰੂ ਕਰ ਰਹੇ ਹਾਂ ਆਪਾਂ। ਫਸਟ ਪੀਸ ਇਹੀ ਡੰਮੀ ਤੇ ਲਾਇਆ, ਉਸ 2 ਕਲਰ ਆਏ ਨੇ, ਬਹੁਤ ਹੀ ਪਿਆਰਾ ਜੀ। ਹਕੋਬਾ ਚਿਕਨ ਹੈ ਜੀ ਇਹਦੀ, ਹਾਂਜੀ ਹਕੋਬਾ ਚਿਕਨ ਹੈ, ਬਹੁਤ ਪਿਆਰਾ ਫੈਬਰਿਕ ਹੈ, ਪਿਓਰ ਸੋਫਟੀ ਕੋਟਨ ਹੈ, ਜਿਵੇਂ ਪਹਿਲਾਂ ਲੀਜ਼ੀ ਆਉਂਦੀ ਸੀ ਨਾ, ਮਤਲਬ ਉਹਦੀ ਸੋਫਟੀ ਕੋਟਨ ਹੈ ਇਹ। ਆਹ ਦੇਖੋ ਤੁਸੀਂ ਗਟਰ ਦੇਖੋ ਪੀਸ ਦੀ ਜੀ, ਆਹ ਨੀਚੇ ਪਹਿਲਾਂ ਸਾਰੀ ਜੀ, ਮਤਲਬ ਇਹਦੇ ਵਿੱਚ ਲੇਸਿਸ ਇਹ ਨਹੀਂ ਕਿ ਜਿਹੜੀਆਂ ਬਜ਼ਾਰੋਂ ਮਿਲੀਆਂ ਚੱਕ ਕੇ ਲਾਤੀਆਂ ਨਾ, ਇਹਦੇ 'ਚ ਵੀ ਮਤਲਬ ਤੁਹਾਨੂੰ ਸੈਟਿੰਗ ਅਲੱਗ ਅਲੱਗ ਮਿਲੇਗੀ। ਆਹ ਇੱਕ ਆਹ ਲੇਸਿਸ ਨੀਚੇ ਆ ਗਈ ਡਬਲ, ਫਿਰ ਇੱਕ ਸਾਰੀ ਸੀਕੁਐਂਸ ਵਾਲੀ ਆ ਗਈ, ਫਿਰ ਉੱਪਰ ਐਮਬਰਾਇਡਰੀ ਵਾਲਾ ਬਾਰਡਰ ਹੈ, ਫਿਰ ਸੀਕੁਐਂਸ ਨਾਲ ਸਾਰਾ ਹਿੱਸਾ ਫੈਬਰਿਕ ਆਏਗਾ ਸਾਰਾ ਚਿਕਨਕਾਰੀ ਵਾਲਾ, ਫਿਰ ਉੱਪਰ 2 ਤਰ੍ਹਾਂ ਦੀਆਂ ਲੇਸਿਸ ਆ ਗਈਆਂ, ਫਿਰ ਉੱਪਰ ਪੈਨਲ, ਇਹ ਪੂਰੀ ਸ਼ਰਟ ਦਾ ਫਰੰਟ ਆਏਗਾ। ਦੇਖੋ ਨੈਕ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਬਣਾ ਸਕਦੇ ਹੋ, ਬੈਕ ਉੱਤੇ ਵੀ ਸੇਮ ਇੱਦਾਂ ਹੀ ਪੈਨਲ ਟਾਈਪ ਬਣੇ ਲਾਈਨਾਂ ਨੇ, ਅਤੇ ਬੋਟਮ ਪਲੇਨ ਆਏਗੀ ਸੋਫਟੀ ਕੋਟਨ ਦੀ। ਕਲਰ ਬਹੁਤ ਪਿਆਰਾ, ਇੱਕਦਮ ਪੀਚ ਕਲਰ ਹੈ, ਸਾਦਗੀ ਵਾਲਾ ਕਲਰ ਹੈ, ਮਤਲਬ ਇਹਨੂੰ ਲਾਈਨਿੰਗ ਤੋਂ ਬਿਨਾਂ ਤੁਸੀਂ ਯੂਜ ਕਰ ਸਕਦੇ ਹੋ, ਪਰ ਸ਼ਰਟ ਨੀਚੇ ਸਲਿੱਪ ਪਾ ਲਓ ਕਿਉਂਕਿ ਥੋੜ੍ਹੇ ਹਲਕੇ ਦੇ ਹੋਲਸ ਨੇ। ਅਤੇ ਦੁਪੱਟਾ ਬਹੁਤ ਪਿਆਰਾ ਇਹਦਾ ਬਣਿਆ, ਦੇਖੋ ਦੁਪੱਟੇ ਉੱਤੇ ਐਮਬਰਾਇਡਰੀ ਵੀ ਆ ਗਈ ਕੋਰਨਰ 'ਤੇ, ਬਲੌਕ ਪ੍ਰਿੰਟਿੰਗ ਵੀ ਆ ਗਈ ਚਾਰੇ ਪਾਸੇ, ਸਕੈਲਪਿੰਗ ਵੀ ਆ ਗਈ, ਅਤੇ ਆਹ ਲੋਕ ਪੂਰੇ ਆਰਟੀਕਲ ਦੀ ਆਏਗੀ। ਦੇਖੋ ਜੀ, ਆਈਟਮ ਨੰਬਰ 1 'ਤੇ ਪ੍ਰਾਈਜ਼ ਪਏਗਾ ਇਹਦਾ 5,100 ਰੁਪਈਏ ਜੀ। ਦੇਖੋ ਸਾਡੇ ਕੋਲ ਤੁਹਾਨੂੰ ਚੀਜ਼ਾਂ ਸਾਰੀਆਂ ਸੁਪਰ ਡੁਪਰ ਮਿਲਣੀਆਂ ਜੀ ਇਹਦੀਆਂ। ਅਤੇ ਸੈਕਿੰਡ ਕਲਰ 'ਚ ਅਸੀਂ ਪਾਇਆ ਡਮੀ ਉੱਤੇ ਜੀ ਲਾਈਟ ਮੋਵ ਕਲਰ 'ਚ ਇਹਦਾ, ਆਈਟਮ ਨੰਬਰ 1 ਪ੍ਰਾਈਜ਼ ਪਏਗਾ 5,100 ਰੁਪਈਏ। ਬਹੁਤ ਪਿਆਰੇ ਆਰਟੀਕਲ ਹੈ ਜੀ। ਦੇਖੋ ਹਰ ਦੁਕਾਨ ਦੇ ਉੱਤੇ ਕਸਟਮਰ ਅਲੱਗ ਅਲੱਗ ਹੁੰਦਾ, ਸਾਡੇ ਕੋਲ ਕੋਟਨ ਵੀ ਤੁਹਾਨੂੰ 4-5-6 ਹਜ਼ਾਰ ਤੱਕ ਕੋਟਨ ਵੀ ਸਾਡੇ ਕੋਲ ਵਿਕਦੀ ਹੈ। ਦੇਖੋ ਪਿਓਰ ਮਸਲੀਨ ਦੇ ਉੱਤੇ ਆਈਟਮ ਆਏਗੀ, ਕਿਉਂਕਿ ਸਾਡੇ ਕੋਲ ਹੈਗਾ ਸਾਰਾ ਹਰ ਤਰ੍ਹਾਂ ਦਾ ਕਸਟਮਰ ਹੁੰਦਾ, ਐਸੀ ਗੱਲ ਨਹੀਂ ਹੈ। ਅਸੀਂ ਕੋਟਨ ਸੂਟ 1500 ਹੀ ਵੇਚਦੇ ਹਾਂ, 5,000 ਦਾ ਹੀ ਵੇਚਦੇ ਹਾਂ। ਆਹ ਦੇਖੋ ਪਿਓਰ ਮਸਲੀਨ ਦੇ ਉੱਤੇ ਆਈਟਮ ਆਈ ਜੀ ਵਾਲੀ, ਇਹ ਸਾਰਾ ਪ੍ਰਿੰਟਿੰਗ ਦਾ ਕੋਨਸੈਪਟ ਹੈ, ਸਾਰਾ ਨੀਚੇ ਇਹ ਪ੍ਰਿੰਟਿੰਗ ਆਏਗੀ ਇਸ ਤਰ੍ਹਾਂ। ਇਹ ਨੀਚੇ ਬਾਰਡਰ ਆ ਗਿਆ ਐਮਬਰਾਇਡਰੀ ਵਾਲਾ, ਉੱਪਰ ਨੈੱਕ 'ਤੇ ਹਲਕਾ ਜਿਹਾ ਰੇਸ਼ਮ ਦਾ ਕੰਮ ਕੀਤਾ ਹੋਇਆ, ਡੋਰੀ ਦਾ ਕੰਮ ਹੈ, ਮਤਲਬ ਰੇਸ਼ਮ ਡੋਰੀ ਦਾ ਕੰਮ ਹੈ, ਪਰ ਇੱਥੇ ਰੱਖੀ ਬਸ। ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ, ਸੇਮ ਇਹਦੀ ਬੈਕ ਆਏਗੀ, ਫੁੱਲ ਬਾਜ਼ੂ ਹੈ, ਬੋਟਮ ਪਲੇਨ ਆਏਗੀ ਕੋਟਨ ਦੀ, ਮਸਲੀਨ ਦੀ ਸ਼ਰਟ ਆ, ਅਤੇ ਨਾਲ ਇਹਦੇ ਚੁੰਨੀ ਦਿੱਤੀ ਉਹਨਾਂ ਨੇ ਚਨੌਨ ਸ਼ਿਫੋਨ ਦੀ, ਕਿਉਂਕਿ ਹਲਕੀ ਜੀ ਮਸਲੀਨ ਦੇ ਵਿੱਚ ਚਮਕ ਹੁੰਦੀ ਹੈ। ਦੁਪੱਟੇ ਦੇ ਚਾਰੇ ਪਾਸੇ ਇੱਕ ਤਾਂ ਪ੍ਰਿੰਟਿੰਗ ਵਾਲਾ ਬਾਰਡਰ ਆ ਗਿਆ, ਇੱਕ ਲੇਸਿਸ ਵਾਲਾ ਆ ਗਿਆ, ਇਹ ਕੋਰਨਰ 'ਤੇ ਪ੍ਰਿੰਟਿੰਗ ਆ। ਆਹ ਲੁੱਕ ਪੂਰੇ ਆਰਟੀਕਲ ਦੀ ਆਏਗੀ। ਦੇਖੋ ਚੀਜ਼ ਦੀ ਗੱਲਬਾਤ ਹੈ, ਪੀਸ ਬਹੁਤ ਪਿਆਰੀ ਵਾਲਾ, ਅਤੇ ਦੂਜਾ ਕਲਰ 'ਚ ਆਏਗਾ ਪੀਚ, ਬਿਲਕੁਲ ਲਾਈਟ ਜਿਹਾ ਪੀਚ ਕਲਰ ਹੈ। ਦੇਖੋ ਪ੍ਰਿੰਟਿੰਗ ਬਹੁਤ ਪਿਆਰੇ ਕੋਨਸੈਪਟ ਨੇ ਜਿਹੜੇ।
ਸੁਪਰ ਡੁਪਰ ਚੀਜ਼ਾਂ ਹੁੰਦੀਆਂ ਸਾਡੇ ਕੋਲ ਸਾਰੀਆਂ ਜਿਹੜੀਆਂ। ਪ੍ਰਾਈਸ ਦੇ ਬੇਟਾ ਕੀ ਨਿਕਲਿਆ, ਦੋ ਨੰਬਰ ਆਈਟਮ ਸਿਰਫ 2930 ਰੁਪਈਏ ਜੀ ਦਾ। ਚਲੋ ਨੈਕਸਟ, ਚਲੋ ਜੀ ਜੀ ਆਹ ਦੇਖੋ ਤੁਸੀਂ ਬਰਬਰੀ ਦੇ ਉੱਤੇ ਬਹੁਤ ਪਿਆਰਾ ਆਰਟੀਕਲ ਹੈ, ਬਿਲਕੁਲ ਯੂਨੀਕ ਚੀਜ਼ਾਂ ਨਹੀਂ ਚਲੀਆਂ ਇਹ ਚੀਜ਼ਾਂ। ਤੁਸੀਂ ਆਮ ਤੁਹਾਨੂੰ ਕੋਈ ਦੁਕਾਨਦਾਰ ਇੱਦਾਂ ਦੇ ਪੀਸ ਨਹੀਂ ਵੇਚਦੇ ਜੋ ਅਸੀਂ ਵੇਚਦੇ ਹਾਂ ਕੋਟਨ ਦੇ ਵਿੱਚ। ਦੇਖੋ ਹਰ ਦੁਕਾਨਦਾਰ ਕੋਲ ਵਰਾਇਟੀ ਵਧੀਆ ਹੁੰਦੀ ਆ। ਦੇਖੋ ਤੁਸੀਂ ਇਹ ਸਾਰਾ ਇਹ ਡਿਜੀਟਲ ਪ੍ਰਿੰਟ ਹੈ, ਇਹਨੂੰ ਕੱਟ ਕੇ ਸਾਰਾ ਸਕੈਲਪਿੰਗ ਕੀਤਾ ਹੋਇਆ, ਐਮਬਰਾਇਡਰੀ ਕੀਤੀ, ਪੈਚ ਵਰਕ ਆ ਸਾਰਾ, ਅਪਲੀਕ ਵਰਕ ਜਿਵੇਂ ਹੁੰਦਾ ਨਾ, ਆਹ ਸਾਰੀ ਐਮਬਰਾਇਡਰੀ ਆ ਗਈ, ਆਹ ਵੀ ਐਮਬਰਾਇਡਰੀ ਆ ਗਈ, ਇਹ ਚੈੱਕ ਵਾਲਾ ਬੇਸ ਆ ਗਿਆ, ਅਤੇ ਬੋਟਮ ਵੀ ਸੇਮ ਹੀ ਇਹਨਾਂ ਦੀ, ਪੈਂਟ ਪਲਾਜ਼ੋ ਵੀ ਸੇਮ ਹੀ ਆਏਗੀ। ਆਹ ਫਿਰ ਇੱਕ ਨੈੱਕ ਉੱਤੇ ਬਟਨ ਆ ਗਏ ਇਹਦੇ 'ਚ, ਇੱਕ ਨਾਲ ਸੇਮ ਇੱਦਾਂ ਹੀ ਪੈਚ ਆ ਗਿਆ। ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ। ਦੇਖੋ ਹੈ ਗੱਲਬਾਤ ਪੀਸ ਦੀ ਜੀ, ਇਹ ਹੈਗਾ ਮਤਲਬ ਬਲੈਕਿਸ਼ ਕਲਰ ਹੈ, ਬਲੈਕ ਹੈ, ਦੁਪੱਟੇ ਉੱਤੇ ਵੀ ਪ੍ਰਿੰਟਿੰਗ ਹੈ, ਚਾਰੇ ਪਾਸੇ ਕੋਟਨ ਦੀ ਲੇਸ ਹੈ, ਮਤਲਬ ਕੁੱਲ ਮਿਲਾ ਕੇ ਬੜਾ ਪਿਆਰਾ ਆਈਡੀਆ ਜਿਹਾ। ਦੂਜਾ ਕਲਰ 'ਚ ਹੈਗਾ ਬਲੈਕਿਸ਼ ਮੈਰੂਨ ਕਲਰ, ਦੇਖੋ ਆਹ ਵੀ ਰੰਗ ਬਹੁਤ ਚੱਲ ਰਿਹਾ ਇਸ ਟਾਈਮ ਵੀ। ਦੇਖੋ ਜੀ ਪ੍ਰਾਈਸ ਬੇਟੇ, ਇਹ ਲਾਈਨਿੰਗ ਤੋਂ ਬਿਨਾਂ ਬਣੇਗਾ ਤੁਹਾਡਾ ਜਿਹਾ। ਹਾਂਜੀ ਸੋਫਟੀ ਕੋਟਨ ਦੇ ਵਿੱਚ ਵਿਦਆਊਟ ਲਾਈਨਿੰਗ ਹੈ, 2690 ਆਈਟਮ ਨੰਬਰ 3, ਦੋਨੇ ਕਲਰ ਬਹੁਤ ਪਿਆਰੇ ਨੇ ਜੀ। ਲਓ ਜੀ ਕਿਆ ਦੇਖੋ, ਬਲੈਕ ਦੇ ਵਿੱਚ ਪਿਓਰ ਮਸਲੀਨ ਦੇ ਉੱਤੇ ਆਈਟਮ ਆਈ ਆ, ਪ੍ਰਿੰਟਿੰਗ ਦੇਖੋ ਤੁਸੀਂ, ਬਲੈਕ ਉੱਤੇ ਹਲਕਾ ਜਿਹਾ ਪਿਆਜ਼ੀ ਕਲਰ ਦੀ ਪ੍ਰਿੰਟਿੰਗ ਹੈ, ਨੀਚੇ ਬਾਰਡਰ ਫਲਾਵਰ ਪ੍ਰਿੰਟ, ਨੈੱਕ ਦਾ ਬੇਟੇ ਡੋਰੀ ਦਾ ਨੈੱਕ ਆਏਗਾ, ਸੇਮ ਇਹਦੀ ਬੈਕ ਪ੍ਰਿੰਟਿੰਗ ਆਏਗੀ, ਫੁੱਲ ਬਾਜੂ ਦੀ ਆਪਸ਼ਨ ਹੈ, ਕੋਟਨ ਦੀ ਬੋਟਮ ਹੈ, ਦੁਪੱਟੇ ਨਾਲ ਚਨੌਨ ਛਪਾਉਣ ਦੇ ਲਾਈਨ ਹੈ, ਮਸਲੀਨ ਹੈ ਉਹਨਾਂ ਨੇ, ਆਹ ਐਮਬਰਾਇਡਰੀ ਹੈ, ਪ੍ਰਿੰਟਿੰਗ ਹੈ, ਫਲਾਵਰ ਸੈਟਿੰਗ ਹੈ, ਇੱਕ ਹੈ ਬਲੈਕ ਕਲਰ ਆਏਗਾ, ਦੂਜਾ ਆਏਗਾ 'ਚ ਗ੍ਰੀਨ ਕਲਰ ਆਏਗਾ ਜੀ, ਇਹਦਾ ਮਿੰਟ ਗ੍ਰੀਨ ਟਾਈਪ ਕਲਰ ਹੈ, ਇਹ ਥੋੜ੍ਹਾ ਨੈੱਕ ਚੇਂਜ ਹੈ, ਪ੍ਰਿੰਟਿੰਗ ਚੇਂਜ ਹੈ, ਫੈਬਰਿਕ ਮਸਲੀਨ ਹੈ, ਕੁੱਲ ਮਿਲਾ ਕੇ ਮਤਲਬ ਸੁਪਰ ਡੁਪਰ ਆਈਟਮ ਆਪਾਂ ਕਹਿ ਸਕਦੇ, ਦੋਨੇ ਪੀਸ ਬਹੁਤ ਪਿਆਰੇ ਨੇ ਜੀ। ਦੇਖੋ ਜੀ ਪ੍ਰਾਈਸ ਕੀ ਹੈ, 4 ਨੰਬਰ ਆਈਟਮ 2810 ਰੁਪਈਏ ਜੀ। ਲਓ ਜੀ ਬਰਬਰੀ ਚੈੱਕ ਆਏਗਾ, ਦੇਖੋ ਇਹ ਮਿਲ ਮੇਡ ਫੈਬਰਿਕ ਹੈ, ਤੁਹਾਨੂੰ ਦੂਰੋਂ ਲੁੱਕ ਆਊਗੀ ਜਿਵੇਂ ਹੈਂਡਲੂਮ ਟਾਈਪ ਹੁੰਦਾ, ਲੇਕਿਨ ਮਿਲ ਮੇਡ ਹੈ, ਬੋਟਮ ਵੀ ਸੇਮ ਆਏਗੀ, ਦੇਖੋ ਪ੍ਰਿੰਟੈਕਸ ਦਿੱਤੇ ਨੇ ਸਾਰੇ ਵਿੱਚ, ਨੀਚੇ ਹਲਕੀ ਜੀ ਸਮੋਸਾ ਰੇਸ ਹੈ, ਨੀਚੇ ਹਲਕੇ ਹਲਕੇ ਪੋਟਲੀ ਬਟਨ, ਆਹ ਦੇਖੋ ਪੈਚ ਦੇ ਵਿੱਚ ਇਹ ਸਾਰਾ ਨਾ ਇਹ ਮਤਲਬ ਫਲਾਵਰ ਕਟਿੰਗ ਕਰਕੇ ਪੈਚ ਲੱਗੇ ਨੇ, ਦੇਖੋ ਤਿੰਨ ਬੂਟੇ ਆਣਗੇ ਫਲਾਵਰ ਇਸ ਤਰ੍ਹਾਂ, ਅਤੇ ਇੱਦਾਂ ਹੀ ਦੁਪੱਟੇ ਉੱਤੇ ਆਣਗੇ, ਦੁਪੱਟਾ ਜੋਰਜਟ ਔਰਗੈਂਜ਼ਾ ਦਾ ਜੀ, ਦੁਪੱਟਾ ਬੇਟੇ ਇੱਦਾਂ, ਦੁਪੱਟਾ ਇੱਦਾਂ ਸਿੱਧਾ ਕਰਾ, ਦੁਪੱਟਾ ਦੀ ਇੱਦਾਂ ਬਸ ਇੱਦਾਂ ਫੋਲਡ ਕਰ ਦਿਓ ਬਸ, ਆਹ ਦੇਖੋ ਆਹ ਦੁਪੱਟੇ ਉੱਤੇ ਨੇ ਜਿਹਦੇ 'ਚ 4 ਬੂਟੇ ਇੱਧਰ ਅਤੇ 4 ਉੱਧਰ, 8 ਦੁਪੱਟੇ 'ਤੇ ਨੇ, 3 ਸ਼ਰਟ ਦੇ ਉੱਤੇ ਨੇ, ਮਤਲਬ ਇਹਨੀ ਚੀਜ਼ ਪਾਈ ਸੋਹਣੀ ਲੱਗਦੀ ਹੈ। ਦੂਜੇ ਦੇ ਵਿੱਚ ਫਰਕ ਕੀ ਹੈਗਾ ਜੀ, ਇਹਦੇ 'ਚ ਇਹ ਛਲਕਾ ਜਿਹਾ ਪਿੰਕ ਹੈ, ਇਹਦੇ 'ਚ ਰੈਡੀ ਸਟੋਨ ਦੇ ਉੱਤੇ ਹੈ, ਬਸ ਇੰਨਾ ਫਰਕ ਹੈ, ਬਾਕੀ ਸਭ ਕੁਛ ਸੇਮ ਹੈ, ਤਾਂ ਰੈਡ ਪਿੰਕ ਇਸ 'ਤੇ ਹੈ, ਇਹ ਥੋੜ੍ਹਾ ਰੈਡੀ ਇਸ 'ਤੇ ਹੈ, ਬਾਕੀ ਸਭ ਕੁਛ ਸੇਮ ਹੈ, ਪੱਤੇ ਸੇਮ ਹੈ, ਰੇਟ ਸੇਮ ਹੈ। ਲਓ ਜੀ ਇਹ ਚੀਜ਼ਾਂ ਹੁੰਦੀਆਂ ਨੇ ਐਕਸਕਲੂਸਿਵ, ਮਤਲਬ ਵਾਕਈ ਤੁਸੀਂ ਚੀਜ਼ ਸਾਡੇ ਤੋਂ ਬਾਏ ਕਰੋਗੇ ਤੁਹਾਨੂੰ ਲੱਗੇਗਾ ਵੀ ਕੁਛ ਡਿਫਰੈਂਟ ਲਿੱਤਾ ਅਸੀਂ ਬਲਵੀਰ ਤੋਂ। 5 ਨੰਬਰ ਆਈਟਮ 2690 ਰੁਪਈਏ ਜੀ। ਚਲੋ ਅੱਗੇ ਬੇਟਾ, ਲਓ ਜੀ ਇੱਕ ਆਰ ਸਟੂਡੀਓ ਦੀ ਆਈਟਮ ਆਈ ਹੈ ਵੀ ਸਾਡੇ ਕੋਲ ਬਹੁਤ ਅੱਛੀ, ਜਿਵੇਂ ਨਾ ਕੋਈ ਲੇਡੀਜ਼ ਟਾਈਪ ਪ੍ਰਿੰਟ ਵੀ ਚਾਹੀਦੇ ਹੁੰਦੇ ਕਈ ਵਾਰੀ, ਮਤਲਬ ਪ੍ਰਿੰਟ ਵੀ ਮਾਮੂਲੀ ਨਹੀਂ, ਮਤਲਬ ਐਕਸਕਲੂਸਿਵ ਪ੍ਰਿੰਟ। ਦੇਖੋ ਆਹ ਤੁਹਾਨੂੰ ਪ੍ਰਿੰਟਿੰਗ ਨਾ ਬਾਜ਼ਾਰ 'ਚ ਹਰ ਤਰ੍ਹਾਂ ਦੀ ਮਿਲ ਜਾਏਗੀ,
ਲੇਕਿਨ ਅਸੀਂ ਇਹੀ ਪ੍ਰਿੰਟ ਨੂੰ ਦੇ ਵਿੱਚ ਡਿਫਰੈਂਟ ਕਰਕੇ ਬਣਾਉਂਦੇ ਹਾਂ। ਸੈਂਟਰ ਦੇ ਵਿੱਚ ਪੈਨਲ ਦੇ ਤਾ ਪ੍ਰਿੰਟਿੰਗ ਦਾ, ਇਹ ਲਗਜ਼ਰੀ ਕੋਟਨ ਹੈ ਜੀ, ਲਾਈਨਿੰਗ ਤੋਂ ਬਿਨਾਂ ਬਣੇਗਾ। ਆਹ ਨੀਚੇ ਐਮਬਰਾਇਡਰੀ ਸੈੱਟ ਕਰਤੀ ਨਾਲ ਇਹਦੇ ਗ੍ਰੇ ਦੇ ਨਾਲ, ਆਹ ਪੂਰਾ ਪੈਨਲ ਆ ਗਿਆ ਦੇਖੋ ਇਸ ਦਾ। ਲਾਈਨਿੰਗ ਤੋਂ ਬਿਨਾਂ ਬਣਾਓ ਸੂਟ, ਸੇਮ ਕਲਰ ਦੀ ਬੋਟਮ ਆਏਗੀ ਨਾਲ ਇਹਦੇ, ਕੋਈ ਨੀਚੇ ਸਲਿਪ ਦੀ ਲੋੜ ਨਹੀਂ। ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ। ਦੁਪੱਟਾ ਨਾਲ ਇਹਨੇ ਲਾਇਆ ਮਸਲੀਨ ਦਾ ਦੁਪੱਟਾ ਜੀ, ਟੂ ਟੋਨ ਦੁਪੱਟਾ ਵਾ, ਚਾਰੇ ਪਾਸੇ ਸੇਮ ਇਹੀ ਬੋਰਡਰ ਪ੍ਰਿੰਟਿੰਗ ਵਾਲਾ ਦਿੱਤਾ ਹੋਇਆ। ਲਾਈਨਿੰਗ ਤੋਂ ਬਿਨਾਂ ਬਣੇਗਾ, ਬੋਟਮ ਪਲੇਨ ਹੈ, ਦੂਜਾ ਕਲਰ ਹੈਗਾ ਮਤਲਬ ਗ੍ਰੇ ਕੋਮਨ ਹੈ, ਇਹਦੀ ਵੀ ਗ੍ਰੇ ਹੈ, ਇਹਦੇ ਨਾਲ ਗ੍ਰੇ ਨਾਲ ਯੈਲੋ ਹੈ, ਇਹਦੇ ਨਾਲ ਗ੍ਰੇ ਨਾਲ ਰਾਮਾ ਗ੍ਰੀਨ ਕਲਰ ਹੈ। ਦੇਖੋ ਸਾਰੀ ਹੋਲਦਾਰ ਐਮਬਰਾਇਡਰੀ ਹੈ, ਫੈਬਰਿਕ ਬਹੁਤ ਅੱਛਾ ਲਾਈਨਿੰਗ ਤੋਂ ਬਿਨਾਂ ਬਣ ਜਾਏਗਾ। ਹਾਂਜੀ, ਆਈਟਮ ਨੰਬਰ 6, ਪ੍ਰਾਈਜ਼ ਪਏਗਾ 2230 ਰੁਪਏ, ਸਿਰਫ 2230 ਸੂਟ ਵੀ ਸੁਣਾ ਦੇ। ਲਓ ਜੀ, ਕਿਹਾ ਸਾਡੇ ਕੋਲ ਆਰਟੀਕਲ ਪਿਓਰ ਔਰਗੈਂਜ਼ਾ ਉੱਤੇ ਵੀ ਆ ਰਿਹਾ, ਵਾਈਟ ਬਲੈਕ 'ਚ। ਇਹਨੂੰ ਹੁਣ ਲਿਲਨ ਦੇ ਉੱਤੇ ਤਿਆਰ ਕਰਾਇਆ ਜੀ, ਇਹਦਾ ਲਿਲਨ ਦੇ ਨਾਲ ਕੋਟੇ ਦੀ ਚੁੰਨੀ ਬਣਾਈ ਹੈ ਜੀ, ਇਹਦਾ ਲਿਲਨ ਵੀ ਫੈਬਰਿਕ ਬਹੁਤ ਪਿਆਰਾ ਜੀ ਇਹਦਾ, ਸੀਮਾ ਚੰਦਨ। ਲਓ ਜੀ, ਆਹ ਦੇਖੋ ਤੁਸੀਂ, ਇਹ ਸਾਰੇ ਵੀ ਸਾਰਾ ਪੈਚਿੰਗ ਦਾ ਕੰਮ ਹੈ ਜਿਹੜਾ, ਬੈਕ ਤੋਂ ਪਤਾ ਲੱਗ ਜਾਂਦਾ ਪੈਚ ਲੱਗਿਆ ਦੇਖੋ ਵਿੱਚ। ਬੋਟਮ ਪਲੇਨ ਆਏਗੀ ਸੇਮ ਗ੍ਰੇ ਉੱਤੇ ਬਲੂ ਆਪਣਾ ਬਲੈਕ ਕਲਰ ਦੇ ਪੈਚ ਲੱਗੇ ਨੇ ਸਾਰੇ ਇਸ ਦਾ, ਮਤਲਬ ਦੋ ਦੋ ਦਾ ਤਿੰਨ ਵਾਚ ਨੇ ਇਸ ਤਰ੍ਹਾਂ, ਇਹ ਉੱਪਰ ਤਿੰਨ ਫਲਾਵਰ ਦਿੱਤੇ ਨੇ ਨੈਕ ਉੱਤੇ ਇਸ ਤਰ੍ਹਾਂ। ਆਈਟਮ ਆਏਗੀ ਦੇਖੋ, ਨੀਚੇ ਹਲਕੀ ਜਿਹੀ ਬੇਲ ਆ ਗਈ, ਉਸੇ ਸੇਮ ਨੈਕ ਆ ਗਿਆ, ਕੋਟੇ ਦੇ ਦੁਪੱਟੇ ਦੋਨੇ ਪਾਸੇ ਇੱਕ ਪਾਸੇ ਹੈ। ਹਾਂਜੀ, ਵਨ ਸਾਈਡ ਉੱਤੇ ਹੈਵੀ ਬੋਰਡਰ ਆਏਗਾ, ਵਨ ਸਾਈਡ ਉੱਤੇ ਇਸ ਤਰ੍ਹਾਂ ਲਾਈਟ ਆਏਗਾ। ਆਹ ਲੁੱਕ ਆਏਗੀ, ਕੱਪੜਾ ਵੀ ਬਹੁਤ ਅੱਛਾ, ਇਹਨੂੰ ਵੀ ਆਪਾਂ ਲਾਈਨਿੰਗ ਤੋਂ ਬਿਨਾਂ ਪਾ ਸਕਦੇ ਹਾਂ, ਇਹਨੂੰ ਬੈਕ ਤੋਂ ਕੱਪੜਾ ਚੁਬਣ ਵਾਲਾ ਕੋਈ ਨਹੀਂ ਹੈਗਾ, ਮਤਲਬ ਜਾਂ ਸ਼ਰਟ ਥੱਲੇ ਸਲਿਪ ਪਾ ਲੈਣਾ, ਮੈਂ ਪਾਇਆ ਜੱਜ ਦਾ ਪੀਸ, ਐਸੀ ਗੱਲ ਨਹੀਂ। ਦੂਜਾ ਕਲਰ ਹੈਗਾ ਜੀ ਇਸ ਤਰ੍ਹਾਂ ਲਾਈਟ ਜਿਹਾ ਬਦਾਮੀ ਕਲਰ ਜਿੱਦਾਂ ਆਉਂਦਾ ਨਾ, ਡਲ ਜਿਹਾ ਪੀਚ ਕਲਰ ਹੈ, ਲੇਕਿਨ ਐਮਬਰਾਇਡਰੀ ਸਾਰੀ ਬਲੈਕ ਨਾਲ ਹੀ ਆ। 7 ਨੰਬਰ ਆਈਟਮ 4380 ਰੁਪਏ, 4380। ਲਓ ਜੀ, ਆਹ ਦੇਖੋ ਜਿਹੜਾ ਚੀਜ਼ਾਂ ਸਾਡੇ ਕੋਲ ਵਾਕਈ ਐਕਸਕਲੂਸਿਵ ਆਈਆਂ ਜੀ, ਪਿਓਰ ਮਸਲੀਨ ਦੇ ਉੱਤੇ ਬਿਲਕੁਲ ਨਵੀਂ ਆਈਟਮ ਆਈ ਹੈ ਜੀ, ਨਵਾਂ ਫੈਬਰਿਕ ਹੈ, ਇਹ ਮਸਲੀਨ ਸਿਲਕ ਹੈ ਜੀ ਇਹਦੀ, ਅਸੀਂ ਮਸਲੀਨ ਕੋਟਨ ਵੀ ਵੇਚਦੇ ਹਾਂ, ਇਹ ਥੋੜ੍ਹਾ ਜਿਹਾ ਹਲਕਾ ਜਿਹਾ ਮਸਲੀਨ ਸਿਲਕ ਨਵਾਂ ਬੇਸ ਲਾਂਚ ਹੋਇਆ, ਡਾਰਕ ਪਰਪਲ ਕਲਰ ਹੈ, ਵਾਈਨ ਕਲਰ ਉਹਦੇ ਵਿੱਚ, ਸਾਰੀ ਰਾਊਂਡਿੰਗ ਵੀਵਿੰਗ ਹੈ ਸਾਰੀ। ਆਹ ਦੇਖੋ ਸਾਰਾ ਬੈਕ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਵੀਵਿੰਗ ਹੈ, ਫਿਰ ਉਹਦੇ ਉੱਪਰ ਪ੍ਰਿੰਟਿੰਗ ਦਿੱਤੀ ਅਸੀਂ, ਨੀਚੇ ਗ੍ਰੇ ਆ ਗਿਆ, ਸਾਈਡਾਂ ਉੱਤੇ ਸੇਮ ਉੱਦਾਂ ਹੀ ਪਰਪਲ ਆ ਗਿਆ, ਫਿਰ ਉਹਦੇ ਉੱਪਰ ਰਸਟ ਕਲਰ ਦੀ ਪ੍ਰਿੰਟਿੰਗ ਆ ਗਈ ਇਸ ਤਰ੍ਹਾਂ। ਟੋਟਲ ਮਤਲਬ ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ, ਪੂਰਾ ਸ਼ਰਟ ਦਾ ਫਰੰਟ ਹੈ, ਬੈਕ ਉੱਤੇ ਸਿਰਫ ਵੋਵਨ ਆਣਗੀਆਂ, ਬਾਜ਼ੂ ਉੱਤੇ ਸੇਮ ਕੰਟਰਾਸਟ ਆਏਗਾ ਇਹਦੇ ਰਸਤੇ ਪਿੰਕ ਕਲਰ ਦਾ। ਲਓ ਜੀ, ਅਤੇ ਆਹ ਨਾਲ ਇਹਦਾ ਦੁਪੱਟਾ ਆਏਗਾ, ਦੁਪੱਟਾ ਆਏਗਾ ਜ਼ਰੀ ਕੋਟਨ ਦਾ, ਉਹਦੇ 'ਚ ਸਾਈਡਾਂ 'ਤੇ ਪੋਲਕਾ ਡੋਟ ਹੈ, ਅਤੇ ਦੇਖੋ ਕੋਰਨਰ ਬੜੇ ਪਿਆਰੇ ਬਣੇ ਨੇ ਦੁਪੱਟੇ ਦੇ, ਮਤਲਬ ਚੀਜ਼ ਵੀ ਨਖਰੇ ਨਾਲ ਬਣਾਈ ਹੈ ਚੀਜ਼ ਅਗਲੇ ਨੇ, ਮਤਲਬ ਗੱਲਬਾਤ ਹੈ ਇਹਦੇ 'ਚ। ਲਓ ਜੀ, ਦੂਜਾ ਕਲਰ ਆਏਗਾ ਮਸਟਰਡ, ਮਤਲਬ ਉਹ ਵਾਈਨ ਕਲਰ ਸੀਗਾ, ਇਹ ਗ੍ਰੇ ਨਾਲ ਮਸਟਰਡ ਹੈ, ਚੀਜ਼ ਦੋਨੇ ਹੀ ਸੁਪਰ ਡੁਪਰ ਪੀਸ ਨੇ ਜੀ। 8 ਨੰਬਰ ਆਈਟਮ 3240, ਪਿਓਰ ਮਸਲੀਨ ਦੇ ਉੱਤੇ ਕੋਟਨ ਦੀ ਬੋਟਮ ਮਸਲੀਨ ਦੀ ਚੁੰਨੀ ਨਾਲ ਹੋ ਗਏ। ਲਓ ਜੀ, ਕਿਹਾ ਵੀ ਦੇਖੋ ਮਿਕਸ ਐਂਡ ਮੈਚ ਦੇ ਵਿੱਚ ਆਈਟਮ ਆਈ ਹੈ, ਅਤੇ ਐਕਚੁਲੀ ਪਹਿਲਾਂ ਆਈਟਮ ਸਾਡੇ ਕੋਲ ਐਮਬਰਾਇਡਰੀ 'ਚ ਬਣਦੀ ਸੀਗੀ ਹਾਫ ਐਂਡ ਹਾਫ, ਇਹਨੂੰ ਹੁਣ ਪ੍ਰਿੰਟਿੰਗ ਦੇ ਵਿੱਚ ਤਿਆਰ ਕਰਾਇਆ ਵਾ। ਇਹ ਸਾਰਾ ਪ੍ਰਿੰਟਿੰਗ ਆਏਗਾ, ਮਤਲਬ ਇਹ ਸ਼ਰਟ ਦਾ ਜਿਵੇਂ ਨਾ ਇੰਨਾ ਕੁ ਪੋਰਸ਼ਨ ਆਏਗਾ ਕੰਟਰਾਸਟ, ਬਾਕੀ ਸੇਮ ਪ੍ਰਿੰਟਿੰਗ ਆਏਗੀ ਸਾਰੀ। ਦੇਖੋ ਪ੍ਰਿੰਟਿੰਗ ਉੱਤੇ ਹਲਕਾ ਹਲਕਾ ਪਿੱਟਾ ਦਾ ਕੰਮ ਹੈ, ਨਾਲ ਨਾਲ ਸਿੱਪੀ ਦਾ ਕੰਮ ਹੈ, ਨਾਲ ਨਾਲ ਨੋਟ ਦਾ ਕੰਮ ਹੈ, ਦੇਖੋ ਮਤਲਬ ਜਿੰਨੀ ਕੁ ਮਤਲਬ ਓਵਰ ਨਹੀਂ ਅਸੀਂ ਕੰਮ ਕਰਾਉਂਦੇ, ਜਿੰਨੀ ਕੁ ਰਿਕੁਆਇਰਮੈਂਟ ਹੈਗੀ ਆ, ਚੀਜ਼ ਥੋੜ੍ਹੀ ਲੁੱਕ ਅੱਛੀ ਨਿਕਲਦੀ ਆ, ਆਹ ਲੁੱਕ ਆਏਗੀ।
ਇਹ ਪੂਰੀ ਸ਼ਰਟ ਦਾ ਫਰੰਟ ਹੈ, ਸੇਮ ਇਹਦੀ ਬੈਕ ਹੈ, ਫੁੱਲ ਬਾਜ਼ੂ ਹੈ, ਇਹਦੀ ਬਰਾਊਨ ਕਲਰ ਦੀ ਬੋਟਮ ਹੈ, ਇਹ ਨਾਲ ਦੁਪੱਟਾ ਲਾਈਟ ਐਂਡ ਡਾਰਕ ਬਰਾਊਨ ਆ। ਕਈ ਵਾਰ ਬਰਾਊਨ ਸੂਟ ਲੱਭਣ ਜਾਂਦਾ ਮਿਲਦਾ ਨਹੀਂ ਬਾਜ਼ਾਰ ਦੇ ਵਿੱਚ, ਅਤੇ ਦੂਜਾ ਕਲਰ ਹੈਗਾ ਬਲੂ ਪੀਸ, ਬਾਕੀ ਦੋਨੇ ਬਹੁਤ ਸੋਹਣੇ ਨੇ। ਕੱਪੜਾ ਹੈਗਾ ਕੋਟਨ ਮਸਲੀਨ ਹੈ, ਕੱਪੜਾ ਵੀ ਬਹੁਤ ਸੋਹਣਾ ਹੈਗਾ। ਆਹ ਦੇਖੋ ਪ੍ਰਿੰਟਿੰਗ ਉੱਤੇ ਕੰਮ, ਦੇਖੋ ਦਬਕੇ ਦਾ ਕੰਮ ਵੀ, ਪਿੱਟੇ ਦਾ, ਸੀਕੁਐਂਸ ਦਾ ਕੰਮ ਵੀ ਆ। ਆਹ ਲੁੱਕ ਆਏਗੀ, ਇੱਕ ਬਰਾਊਨ ਆ, ਇੱਕ ਬਲੂ ਹੈ। ਆਈਟਮ ਨੰਬਰ 9931 ਰੁਪਈਏ ਜੀ। ਹਾਂਜੀ ਹਾਂਜੀ ਮੈਡਮ, ਕੋਟਨ ਦੇ ਵਿੱਚ ਨਵੀਂ ਡਿਵੈਲਪਮੈਂਟ ਆਈ ਸੀਗੀ, ਮੈਂ ਕਿਹਾ ਨਾਲ ਨਾਲ ਸ਼ੁਰੂ ਕਰ ਦਈਏ ਵੀ ਤੁਹਾਨੂੰ। ਲਓ ਜੀ, ਇੱਕ ਆਈਟਮ ਆਈ ਹੈ 2x2 ਕੋਟਨ ਦੇ ਵਿੱਚ। ਦੇਖੋ ਸੋਬਰ ਕੋਨਸੈਪਟ ਹੈ, ਲੇਕਿਨ ਕੋਈ ਵੀ ਏਜ ਗਰੁੱਪ ਇਹਨੂੰ ਪਾਲੇਗਾ, ਕਿਉਂਕਿ ਚੀਜ਼ ਐਕਸਕਲੂਸਿਵ ਬਣੀ ਹੋਈ ਹੈ। ਮਤਲਬ ਹੈ ਤਾਂ ਪ੍ਰਿੰਟ ਹੀ ਸਾਰਾ ਹੀ ਹੈ ਨਾ ਨੋਰਮਲ ਕੋਟਨ ਦੇ ਵਿੱਚ, ਉਹਦੇ ਉੱਪਰ ਸਾਰਾ ਨੀਚੇ ਐਮਬਰਾਇਡਰੀ ਵਾਲਾ ਬੇਸ ਆ ਗਿਆ ਲਾ, ਔਰਗੈਂਜ਼ਾ ਜੋਰਜਟ ਦੇ ਕੇ ਉਹਦੇ 'ਤੇ ਐਮਬਰਾਇਡਰੀ ਹੈ। ਇਹ ਫਿਰ ਸਾਈਡਾਂ ਉੱਤੇ ਐਮਬਰਾਇਡਰੀ ਪੈਨਲ ਦਿੱਤਾ ਸਾਰਾ, ਹਲਕੀ ਹਲਕੀ ਲੇਸਿਸ ਨਾਲ। ਇੱਦਾਂ ਹੀ ਉੱਪਰ ਕੁੜਤਾ ਪੱਟੀ ਨੈਕ ਸੈਟਿੰਗ ਆ ਗਈ, ਫੁੱਲ ਬਾਜ਼ੂ ਦੀ ਆਪਸ਼ਨ ਹੋਏਗੀ। ਬੋਟਮ ਪਲੇਨ ਦੁਪੱਟਾ ਬੇਟੇ, ਕਿਹੜਾ ਸ਼ਿਫੋਨ ਦਾ, ਸ਼ਿਫੋਨ ਦਾ ਦੁਪੱਟਾ। ਉਹਦੇ 'ਤੇ ਪ੍ਰਿੰਟਿੰਗ ਵੀ ਹੈ, ਐਮਬਰਾਇਡਰੀ ਵੀ ਹੈ, ਸਾਈਡਾਂ 'ਤੇ ਲਹਿਰੀਆ ਬਣਿਆ ਇਸ ਤਰ੍ਹਾਂ ਜੀ। ਇਹ ਫਲਾਵਰ ਪ੍ਰਿੰਟ ਦਿੱਤੇ ਨੇ ਵਿੱਚ, ਐਮਬਰਾਇਡਰੀ ਵੀ ਹੈ। ਦੂਜਾ ਕਲਰ ਹੈਗਾ ਗ੍ਰੀਨ, ਇਹਦੇ 'ਚ ਜਿੱਦਾਂ ਮਿੰਟ ਗ੍ਰੀਨ ਕਲਰ ਹੈ, ਕਲਰ ਹੀ ਬਹੁਤ ਸੋਹਣਾ ਜਿਹੜਾ। ਲਓ ਜੀ, ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ। 10 ਨੰਬਰ ਆਈਟਮ 2610 ਰੁਪਈਏ ਜੀ। ਲਓ ਜੀ, ਕੈਪਿਓ ਲੈ ਲੈਣ ਉੱਤੇ ਆਈਟਮ ਆਈ ਹੈ, ਵੀ ਚੀਜ਼ ਬਹੁਤ ਸੋਹਣੀ, ਦੁਪੱਟਾ ਡਿਫਰੈਂਟ ਹੈ। ਇਹ ਭਾਗਲਪੁਰ ਦਾ ਬੇਸ ਹੈ, ਇਹਦਾ ਮਿਲ ਮੇਡ ਫੈਬਰਿਕ ਹੈ, ਇਹ ਬੋਂਬੇ ਦਾ ਫੈਬਰਿਕ ਨਹੀਂ ਹੁੰਦਾ, ਇਹ ਭਾਗਲਪੁਰ ਬਣਦੇ ਸਾਰੇ MP ਦੇ ਵਿੱਚ। ਹਾਂਜੀ, ਲਿਲਨ ਦਾ ਫੈਬਰਿਕ ਆਏਗਾ, ਉੱਤੇ ਹਲਕੀ ਹਲਕੀ ਬੂਟੀ ਆਏਗੀ, ਆਹ ਹਲਕਾ ਜਿਹਾ ਜ਼ਰੀ ਲੁੱਕ ਆ ਗਈ ਸਾਈਡਾਂ ਉੱਤੇ। ਮਤਲਬ ਇਹ ਹੈਗਾ ਜਿਵੇਂ ਨਾ ਡਿਫਰੈਂਟ ਜਿਹਾ ਗ੍ਰੇ ਬਲੂ ਕਲਰ ਹੈ। ਦੁਪੱਟਾ ਬਹੁਤ ਪਿਆਰਾ, ਦੇਖੋ ਇਹਦਾ ਦੁਪੱਟੇ ਉੱਤੇ ਸਾਰੀਆਂ ਇਸ ਤਰ੍ਹਾਂ ਡਕਸ ਬਣੀਆਂ, ਪ੍ਰਿੰਟਿੰਗ ਵੀ ਹੈਗੇ, ਚੈੱਕ ਵੀ ਬਣਿਆ ਹੋਇਆ, ਨਾਲ ਸਾਈਡਾਂ 'ਤੇ ਜਰੀ ਵੀ ਦਿੱਤੀ ਹੋਈ ਹੈ। ਮਤਲਬ ਇੰਡੀਗੋ ਬਲੂ ਨਵਾਂ ਜਿਹਾ ਕਲਰ ਹੈ, ਜਿਵੇਂ ਦੂਜਾ ਕਲਰ ਹੈਗਾ ਇਹ 'ਚ ਪਿੰਕ ਨਾਲ ਹਲਕਾ ਜਿਹਾ ਮੈਰੂਨ ਦਾ ਕੰਟਰਾਸਟ ਹੈਗਾ, ਮੈਰੂਨ ਆ, ਇਹ ਲਾਈਟ ਐਂਡ ਡਾਰਕ ਬਲੂ ਹੈ, ਹਲਕਾ ਜਿਹਾ ਪਿੰਕਿਸ਼ ਨਾਲ ਮੈਰੂਨ ਐਮਬਰਾਇਡਰੀ ਹੈ। ਸਾਰਾ ਬਿਲਕੁਲ ਬਰੀਕੀ ਦਾ ਕੰਮ ਹੈ, ਲਾਈਨਿੰਗ ਤੁਹਾਨੂੰ ਲਾਉਣੀ ਪਏਗੀ ਸ਼ਰਟ ਥੱਲੇ। ਦੁਪੱਟਾ ਵੀ ਨਾਲ ਡਿਜ਼ਾਈਨਰ ਹੈ, ਕੋਈ ਵੀ ਮਤਲਬ ਇਸ ਗਰੁੱਪ ਇਹਨੂੰ ਵੇਅਰ ਕਰ ਸਕਦਾ, ਥੋੜ੍ਹਾ ਗਰਲਿਸ਼ ਵੀ ਹੈ, ਸਿੰਪਲ ਸੋਬਰ ਵੀ ਹੈ। 11 ਨੰਬਰ ਆਈਟਮ 4600 ਰੁਪਈਏ ਜੀ। ਦੇਖੋ ਹੈ ਪ੍ਰਿੰਟਿੰਗ ਦੇ ਵਿੱਚ, ਪ੍ਰਿੰਟਿੰਗ ਦੇ ਵਿੱਚ ਵੀ ਨਖਰਾ ਦੇਖੋ, ਇਹ ਫਲਾਵਰ ਪ੍ਰਿੰਟ ਡਿਜੀਟਲ ਸਾਈਡਾਂ 'ਤੇ, ਸੈਂਟਰ ਪੈਨਲ ਐਮਬਰਾਇਡਰੀ ਔਰ ਗੈਂਦਾ ਦੇ ਨਾਲ, ਦੋ ਇੱਕ ਦਾ ਲੇਸ ਆ ਗਈ ਸਾਰੀ ਦੋਨੇ ਪਾਸੇ ਅੱਗੇ ਪਿੱਛੇ, ਇੱਧਰ ਵੀ ਸੇਮ ਪੈਨਲ ਆ ਗਿਆ। ਸੈਂਟਰ ਦੇ ਵਿੱਚ ਇਸ ਤਰ੍ਹਾਂ ਡਿਫਰੈਂਟ ਪ੍ਰਿੰਟਿੰਗ ਹੈ, ਮਾਰਬਲ ਪ੍ਰਿੰਟਿੰਗ, ਨੀਚੇ ਵੀ ਮਾਰਬਲ ਪ੍ਰਿੰਟਿੰਗ ਨਾਲ, ਹਲਕਾ ਹਲਕਾ ਪ੍ਰਿੰਟੈਕਸ ਆ, ਨੀਚੇ ਲੇਸ ਹੈ, ਪਿੰਕ ਕਲਰ ਦੀ ਬੋਟਮ ਹੈ। ਆਹ ਲੁੱਕ ਦੇਖੋ ਜਿਹੜਾ, ਇਹ ਸਾਰੀ ਐਮਬਰਾਇਡਰੀ ਹੈ ਦੋਨੇ ਪਾਸੇ, ਇਹ ਪ੍ਰਿੰਟਿੰਗ ਹੈ, ਸਾਈਡਾਂ 'ਤੇ ਫਲਾਵਰ ਹੈ, ਉੱਪਰ ਬਟਨ ਪੱਟੀ ਦਿੱਤੀ ਹੈ ਨੈਕ, ਤੁਸੀਂ ਆਪਣੀ ਮਰਜ਼ੀ ਨਾਲ ਸੈਟਿੰਗ ਕਰ ਸਕਦੇ ਹੋ। ਦੁਪੱਟਾ ਬੇਟੇ ਖੋਲੋ ਜਿਹੜਾ, ਦੁਪੱਟਾ ਵੀ ਨਾਲ ਇਹਦੇ ਮਸਲੀਨ ਦਾ ਦੁਪੱਟਾ, ਕੋਟਨ ਦੀ ਸ਼ਰਟ, ਕੋਟਨ ਦੀ ਬੋਟਮ, ਦੁਪੱਟਾ ਮਸਲੀਨ ਦੇ ਵਿੱਚ, ਇਹਦੇ 'ਚ ਪ੍ਰਿੰਟਿੰਗ ਆਏਗੀ ਦੇਖੋ, ਇਸ ਤਰ੍ਹਾਂ ਸਾਰੀ, ਇੱਕ ਤਾਂ ਫਲਾਵਰ ਆਣਗੇ ਨਾਲ ਨਾਲ, ਟੱਸਲ ਲੱਗੇ ਨੇ ਦੁਪੱਟੇ ਉੱਤੇ, ਇੱਕ ਹੈਗਾ ਮੋਵਿਸ਼ ਪਿੰਕ, ਦੂਜਾ ਹੈਗਾ ਲਾਈਮ ਗ੍ਰੀਨ ਕਲਰ ਹੈ। 12 ਨੰਬਰ ਆਈਟਮ 2990, ਲਾਈਨਿੰਗ ਤੋਂ ਬਿਨਾਂ ਬਣ ਜਾਏਗਾ ਵੀ। ਲਓ ਜੀ, ਕੈਬੀ ਲੋਕ ਦੇਖਣਾ, 2x2 ਕੋਟਨ 'ਚ ਆਰ ਸਟੂਡੀਓ ਦਾ ਪੀਸ ਹੈ ਵੀ। ਦੇਖੋ ਸਾਰਾ ਨਾ ਵਿੱਚ
ਔਰਗੈਂਜਾ ਜੋਰਜਟ ਦਾ ਪੈਚ ਦਿੱਤਾ, ਨੀਚੇ ਪ੍ਰਿੰਟਿੰਗ ਨਜ਼ਰ ਆ ਰਹੀ ਤੁਹਾਨੂੰ, ਪ੍ਰਿੰਟਿੰਗ ਹੈ ਆਹ ਸਾਰਾ ਜੋਰਜਟ ਦਾ ਪੈਚ ਦੇ ਕੇ ਇਹਦੇ ਉੱਪਰ ਇੰਬਰਾਇਡਰੀ ਸਾਰੀ ਕੀਤੀ ਕ੍ਰੋਸ ਸਟਿਚ, ਰੇਸ਼ਮ ਦਾ ਕੰਮ ਹੈ ਸਾਰਾ ਰੇਸ਼ਮ ਹੀ ਹੈ। ਫਿਰ ਉੱਪਰ ਨੈੱਕ ਬਣਿਆ ਬਹੁਤ ਸੋਹਣਾ ਦੇਖੋ ਇੱਦਾਂ ਧਾਗੇ ਦੇ ਕੰਮ 'ਚ, ਨੀਚੇ ਸੇਮ ਉਸ ਤਰ੍ਹਾਂ ਹੀ ਕੰਟਰਾਸਟ ਬਾਰਡਰ ਦੇ ਕੇ ਇੰਬਰਾਇਡਰੀ ਕਰਤੀ, ਉਹਦੇ ਨਾਲ ਨਾਲ ਸ਼ੀਸ਼ੇ ਦਾ ਕੰਮ ਹੈ। ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ, ਬੋਟਮ ਆਏਗੀ ਮਿਕਸਰ ਮੈਚ, ਅਤੇ ਦੁਪੱਟਾ ਖੁੱਲ੍ਹੋ ਜੀ ਨਾਲ, ਇਹਦੇ ਦੁਪੱਟਾ ਸ਼ਿਫੋਨ ਦਾ, ਉਹਦੇ 'ਤੇ ਪ੍ਰਿੰਟਿੰਗ ਆ, ਲੇਸਿਸ ਹੈ, ਵਰਸਾਚੇ ਪ੍ਰਿੰਟ ਵੀ ਆ, ਲਾਈਨਾਂ ਵੀ ਨੇ, ਹਲਕੀ ਹਲਕੀ ਲੇਸ ਵੀ ਹੈ, ਮਤਲਬ ਕੁੱਲ ਮਿਲਾ ਕੇ ਆਪਾਂ ਬਹੁਤ ਡਿਫਰੈਂਟ ਅਤੇ ਐਕਸਕਲੂਸਿਵ ਸੈਟਿੰਗ ਕਹਿ ਸਕਦੇ ਹਾਂ। ਆਹ ਦੇਖੋ ਇਹ ਹੈਗਾ ਪਿਆਜ਼ੀ ਜਿਹਾ ਕਲਰ, ਦੂਜਾ ਹੈਗਾ ਲਾਈਟ ਜਿਹਾ ਸੋਫੀਆ ਗ੍ਰੀਨ ਕਲਰ ਹੈ ਜਿਹੜਾ। ਦਿਓ ਜੀ ਪ੍ਰਾਈਜ਼ ਬੇਟਾ ਕੀ ਨਿਕਲਿਆ, 13 ਨੰਬਰ ਆਈਟਮ ਸਿਰਫ 2840 ਰੁਪਈਏ ਜੀ। ਲਓ ਜੀ ਕਿਹਾ ਵੀ ਮਸਲੀਨ ਦੇ ਉੱਤੇ ਦੇਖੋ ਕਲਰ ਮੈਚਿੰਗ, ਦੇਖੋ ਤੁਸੀਂ ਬਲੂ ਕਲਰ ਦੇ ਵਿੱਚ ਆਈਟਮ ਹੈ, ਬਹੁਤ ਪਿਆਰਾ ਆਰਟੀਕਲ ਹੈ। ਸਾਈਡਾਂ ਦੇ ਉੱਤੇ ਫਲਾਵਰ ਪ੍ਰਿੰਟ ਆਣਗੇ ਸਾਰੇ, ਇਸ ਤਰ੍ਹਾਂ ਲੇਸਿਸ ਦਾ ਕੰਸੈਪਟ ਆ ਗਿਆ, ਬੂਟੇ ਆ ਗਏ ਸਾਰੇ, ਡੋਰੀ ਦਾ ਕੰਮ ਆ ਗਿਆ, ਆਹ ਨੀਚੇ ਪੂਰੀ ਇੰਬਰਾਇਡਰੀ ਆਏਗੀ, ਨਾਲ ਨਾਲ ਨੀਚੇ ਲੇਸ ਆਏਗੀ ਇਸ ਤਰ੍ਹਾਂ। ਦੇਖੋ ਐਕਸਕਲੂਸਿਵ ਚੀਜ਼ ਹੈ ਜੀ, ਵਾਲਾ ਕਲਰ ਵੀ ਬਹੁਤ ਪਿਆਰਾ, ਲਾਈਟ ਐਂਡ ਡਾਰਕ ਹੈ, ਬਲੂ ਸਾਰਾ ਬਲੂਚੀ ਪ੍ਰਿੰਟ ਹੈ, ਉਹਦੇ ਉੱਪਰ ਫਲਾਵਰ ਹੈ, ਸੈਂਟਰ ਦੇ ਵਿੱਚ ਪੈਨਲ ਹੈ, ਵਾਈਟ ਡੋਰੀ ਦਾ ਕੰਮ ਹੈ, ਦੁਪੱਟਾ ਟੋਟਲੀ ਪਿਓਰ ਮਸਲੀਨ ਦੇ ਵਿੱਚ ਹੀ ਆਏਗੀ। ਆਹ ਲੁੱਕ ਆਏਗੀ, ਦੇਖੋ ਦੂਜਾ ਕਲਰ ਵੀ ਬਹੁਤ ਪਿਆਰਾ ਜੀ, ਇਹਦਾ ਗੋਲਡਨ ਮਹਿੰਦੀ ਕਲਰ ਹੈ। ਚੀਜ਼ਾਂ ਐਕਸਕਲੂਸਿਵ ਹੁੰਦੀਆਂ ਸਾਡੇ ਕੋਲ ਸਾਰੀਆਂ ਜੀ। 14 ਨੰਬਰ ਆਈਟਮ 2820 ਰੁਪਈਏ। ਚਲੋ ਓਕੇ ਬੇਟਾ। ਲਓ ਜੀ ਕਿਆ ਦੇਖੋ, ਪਾਕਿਸਤਾਨੀ ਪ੍ਰਿੰਟ ਆਈਟਮ ਆਈ ਹੈ ਗਲੇਸ ਕੋਟਨ ਦੇ ਉੱਤੇ ਜੀ। ਤੁਸੀਂ ਤਾਂ ਬਹੁਤਿਆਂ ਨੇ ਤੁਹਾਡੇ ਗਲੇਸ ਕੋਟਨ ਪਾਈ ਹੋਏਗੀ, ਐਸੀ ਗੱਲ ਨਹੀਂ, ਅਤੇ ਬਹੁਤਿਆਂ ਨੂੰ ਪਤਾ ਵੀ ਨਹੀਂ ਹੋਣਾ ਗਲੇਸ ਕੋਟਨ ਕੀ ਹੁੰਦੀ ਹੈ, ਐਸੀ ਗੱਲ ਨਹੀਂ, ਜੋ ਵੀ ਅੱਜ ਕੱਲ੍ਹ ਕੁੜੀਆਂ ਨੂੰ ਘੱਟ ਹੀ ਪਤਾ ਹੁੰਦਾ, ਪਹਿਲਾਂ ਕੱਪੜਾ ਕਿਹੜਾ ਚੱਲਦਾ ਸੀਗਾ। ਆਹ ਚੀਜ਼ ਦੇਖਣਾ ਚਾਹੀਦਾ ਜੀ, ਇਹ ਗਲੇਸ ਕੋਟਨ ਉੱਤੇ ਆਈਟਮ ਆਈ ਜੀ, ਨੀਚੇ ਪ੍ਰਿੰਟ ਆਪਣਾ ਇੰਬਰਾਇਡਰੀ ਆ ਗਈ, ਲੇਸਿਸ ਹੈ, ਫਲਾਵਰ ਪ੍ਰਿੰਟ ਨੇ, ਪਾਕਿਸਤਾਨੀ ਉੱਪਰ ਕੁੜਤਾ ਪੱਟੀ ਲੈਕ ਆ ਗਿਆ, ਇਹ ਬਾਰਡਰ ਸਾਰਾ ਦਿੱਤਾ ਡਿਜ਼ਾਇਨਿੰਗ ਵਾਸਤੇ, ਇਹਨੂੰ ਚੱਕਾ 'ਤੇ ਆਪਾਂ ਕਿਤੇ ਵੀ ਸ਼ਰਟ ਕਰ ਸਕਦੇ ਹਾਂ। ਦੁਪੱਟਾ ਨਾਲ ਇਹਦੇ ਆਏਗਾ ਲਾਲ ਮਸਲੀਨ ਦਾ ਦੁਪੱਟਾ ਇੱਕ ਗਲੇਸ ਦੇ ਨਾਲ। ਉਹ ਇਹ ਹੈਗਾ ਮੂਵਿਸ਼ ਕਲਰ ਜੀ ਵਾਲਾ, ਅਤੇ ਦੂਜਾ ਹੈਗਾ ਯੈਲੋ ਕਲਰ। ਆਈਟਮ ਨੰਬਰ 15 3220 ਰੁਪਈਏ ਜੀ, 3220। ਉਹ ਜੀ ਕਿਹਾ ਵੀ ਦੇਖੋ ਆਰ ਸਟੂਡੀਓ ਦੀ ਆਈਟਮ ਆਈ ਆ ਕੋਟਨ ਦੇ ਵਿੱਚ, ਇਹ ਮੋਸਟਲੀ ਆਈਟਮਾਂ ਬਣਦੀਆਂ ਨੇ ਪਿਓਰ ਕਰੇਬ ਉੱਤੇ, 5000 5500 6000 6500 6600 ਰੁਪਏ, ਲੇਕਿਨ ਇਹ ਕੋਟਨ ਦੇ ਆਪਾਂ ਤੁਹਾਨੂੰ ਦੇ ਰਹੇ ਹਾਂ ਜਿਹੜਾ ਮਿਲ ਮੇਡ ਕੋਟਨ ਹੈ, ਆਰ ਸਟੂਡੀਓ ਦਾ ਪੀਸ ਹੈ, ਲੇਬਲ ਲੱਗਿਆ ਹੋਏਗਾ ਉੱਤੇ, ਜਿੰਨਾ ਵੀ ਬਾਰਡਰ ਤੁਸੀਂ ਦੇਖ ਰਹੇ ਹੋ ਪ੍ਰਿੰਟਿੰਗ ਉੱਤੇ ਹਲਕੀ ਹਲਕੀ ਇੰਬਰਾਇਡਰੀ ਹੈ, ਲਾਈਟ ਤਿੱਲੇ ਦਾ ਬਾਦਲੇ ਦਾ ਹਲਕਾ ਹਲਕਾ ਸਰਵੋਸਕੀ ਦਿੱਤੀ ਹੋਈ ਆ, ਇਹ ਸ਼ਰਟ ਦਾ ਪੂਰਾ ਘੇਰਾ ਆਏਗਾ ਜੀ। ਨਾਲ ਨਾਲ ਬੂਟੀ ਆਏਗੀ, ਆਹ ਨਾਲ ਦੁਪੱਟਾ ਜੀ, ਦੇ ਦੁਪੱਟੇ ਦੇ ਚਾਰੇ ਪਾਸੇ ਚਨੌਨ ਸ਼ਫੋਨ ਦੀ ਚੁੰਨੀ ਹੈ ਜੀ, ਇਹ ਮਤਲਬ ਸੋਬਰ ਵੀ ਹੈ, ਰਿਚ ਲੁੱਕ ਵੀ ਆ, ਔਰ ਬਹੁਤ ਅੱਛਾ ਸਰਦਾਰੀ ਟੇਸਟ ਦੀ ਆਈਟਮ ਹੈ ਜੀ। ਅਲੀ ਚਨੌਨ ਸ਼ਫੋਨ ਦੀ ਚੁੰਨੀ, ਲਗਜ਼ਰੀ ਕੋਟਨ ਦੀ ਸ਼ਰਟ, ਸੇਮ ਬੋਟਮ, ਦੂਜਾ ਕਲਰ ਜਿਹਾ ਹੈਗਾ ਗ੍ਰੇ ਮੋਵ ਕਲਰ ਜੀ, ਮੋਵਿਸ਼ ਗ੍ਰੇ ਕਲਰ ਹੈ, ਕਲਰ ਵੀ ਬਹੁਤ ਪਿਆਰਾ, ਪੜ੍ਹਿਆ ਲਿਖਿਆ ਰੰਗ ਦੋਨੇ ਜੀ। ਲਓ ਜੀ ਆਈਟਮ ਨੰਬਰ 16 3650 ਰੁਪਈਏ ਜੀ। ਲਓ ਜੀ ਲਿਲਨ ਦੇ ਵਿੱਚ ਹੀ ਇਹ ਵੀ ਕੰਸੈਪਟ ਬਹੁਤ ਪਿਆਰਾ ਹੈ, ਦੇਖੋ ਇਹਦਾ ਲਿਲਨ ਦੇ ਉੱਤੇ, ਇਹ ਟੈਕ ਫੈਬ ਦਾ ਬ੍ਰਾਂਡ ਹੈ ਜੀ ਇਹਦਾ, ਲਿਲਨ ਬੇਸ ਆ ਗਿਆ, ਤਾਂ ਨੀਚੇ ਰੇਸ਼ਮ ਦੇ ਨਾਲ ਨਾਲ ਹਲਕਾ ਜਿਹਾ ਕੋਟਨ ਦੇ ਉੱਤੇ ਇੰਬਰਾਇਡਰੀ ਕੀਤੀ ਹੋਈ ਹੈ, ਉੱਪਰ ਇਹਦੇ 'ਚ ਬਟਨ ਪੱਟੀ ਦਿੱਤੀ ਨਾਲ ਇਹਦੇ ਇਸ ਤਰ੍ਹਾਂ, ਅਤੇ ਆਹ ਨਾਲ ਇਹ ਦੁਪੱਟਾ ਆਏਗਾ ਇਸ ਤਰ੍ਹਾਂ।
ਦੁਪੱਟਾ ਵੀ ਲੇਲਨ ਕੋਟਨ ਦਾ ਦੁਪੱਟਾ, ਚਾਰੇ ਪਾਸੇ ਲੇਸ ਹੈ, ਦੋਨਾਂ ਪੱਲਿਆਂ ਤੇ ਪ੍ਰਿੰਟਿੰਗ ਦਾ ਬਾਰਡਰ ਦੇ ਕੇ ਫਿਰ ਲੇਸ ਦਿੱਤੀ ਹੋਈ ਆ। ਤੇ ਦੂਜਾ ਕਲਰ ਹੈਗਾ ਸੋਫੀਆ ਕਲਰ, ਬਿਲਕੁਲ ਲਾਈਟ ਜਿਹਾ ਸੋਫੀਆ ਗ੍ਰੀਨ ਨੀ ਜਿਵੇਂ ਹੁੰਦਾ। ਹਾਂਜੀ, ਦੋਨੇ ਕਲਰ ਬਹੁਤ ਪਿਆਰੇ ਨੇ, ਕੱਪੜਾ ਬਹੁਤ ਸੋਹਣਾ, ਦੁਪੱਟੇ ਬਹੁਤ ਅੱਛੇ ਨੇ। 17 ਨੰਬਰ ਆਈਟਮ ਸਿਰਫ 250 ਰੁਪਏ ਜੀ। ਦੋ ਪੀਸ ਚੱਕ, ਚਾਰ ਪੀਸ ਚੱਕ ਰਹੇ ਆ ਜੀ ਮੇਰੇ ਕੋਈ ਨਾ, ਕੋਈ ਤੁਹਾਨੂੰ ਪਹਿਲਾਂ ਦੋ ਪੀਸ ਆਏ ਸੀ, ਉਹਦੇ 'ਚ ਦੋ ਕਲਰ ਹੋਰ ਨਵੇਂ ਆ ਗਏ, ਮੈਂ ਕਿਹਾ ਨਾਲ ਨਾਲ ਇਹ ਵੀ ਦਿਖਾ ਦਈਏ। ਚਲੋ, ਕਲਰ ਦੋਨੇ ਬਹੁਤ ਸੋਹਣੇ ਨੇ ਜੀ। ਇਹ ਲਗਜ਼ਰੀ ਕੋਟਨ ਦੇ ਨਾਲ ਮਸਲੀਨ ਦੀ ਚੁੰਨੀ ਹੈ ਜੀ। ਇਹ ਆਈਟਮ ਸੋਹਣੀਆਂ ਸੀ ਵੀ ਤਾਂ ਚਾਰ ਪੀਸ ਲੈਂਦੇ, ਮੈਂ ਕਿਹਾ ਚਲੋ ਤੁਹਾਡੇ ਕੋਲ ਨਿਕਲ ਜਾਣੇ ਨੇ ਸਾਰੇ ਵੀਡੀਓ ਦੇ ਵਿੱਚ, ਸ਼ਾਮ ਨੂੰ ਜੀ ਮਾਰ ਲੈਣਾ ਕੋਈ ਨਹੀਂ ਹੈਗਾ। ਸੇਮ ਇਹਦੀ ਬੈਕ ਆਏਗੀ, ਆ ਨੀਚੇ ਪੂਰੀ ਡੋਰੀ ਔਰਗੈਂਜ਼ਾ ਦੇ ਕੇ ਐਮਬਰਾਇਡਰੀ ਹੈ, ਉੱਪਰ ਨੈਕ ਦੇ ਹਲਕਾ ਜਿਹਾ ਡੋਰੀ ਦਾ ਕੰਮ ਕੀਤਾ ਹੋਇਆ, ਦੁਪੱਟਾ ਵੀ ਮਸਲੀਨ ਦਾ ਵਾ, ਦੁਪੱਟੇ ਦੇ ਕੋਰਨਰ ਦਿਖਾ ਜਿਹੜੇ ਦਿਖਾਣੇ ਹੋ ਰਿਹਾ ਬੇਟੇ ਦੁਪੱਟੇ ਦੇ, ਦੂਜਾ ਪਾਸੇ ਦਾ ਇੱਦਾਂ ਕਰ ਦੁਪੱਟਾ, ਆਹ ਦੁਪੱਟੇ ਦੇ ਕੋਰਨਰ ਉੱਤੇ ਇਸ ਤਰ੍ਹਾਂ ਪੈਚਿੰਗ ਦਿੱਤੀ ਐਮਬਰਾਇਡਰੀ ਵਾਲੀ। ਦੂਜਾ ਕਲਰ ਇਹ 'ਚ ਆਏਗਾ ਗ੍ਰੇ ਕਲਰ ਜੀ, ਦੇਖੋ ਨਾ ਇਹਦੇ ਨੀਚੇ ਆ ਐਮਬਰਾਇਡਰੀ ਆ ਗਈ, ਮਤਲਬ ਚੀਜ਼ ਦੋਨੇ ਹੀ ਬਹੁਤ ਸੋਹਣੇ ਪੀਸ ਨੇ। 18 ਨੰਬਰ ਆਈਟਮ 220 ਰੁਪਈਏ ਜੀ। ਲਓ ਜੀ, ਦੋ ਪੀਸ ਸਾਨੂੰ ਹੋਰ ਦਿਖਾਉਣੇ ਨੇ, ਦੋਵੇਂ ਦਿਖਾਉਣੇ। ਇਹ ਵੀ ਲਗਜ਼ਰੀ ਕੋਟਨ ਦੇ ਵਿੱਚ ਹੈ ਜੀ, ਅਤੇ ਨਦਰ ਬ੍ਰਾਂਡ ਦਾ ਪੀਸ ਹੈ, ਕੱਪੜਾ ਬਹੁਤ ਪਿਆਰਾ, ਸੇਮ ਪ੍ਰਿੰਟਿੰਗ ਮੇਰੇ ਕੋਲ, ਇਹ ਚਨੌਨ ਸ਼ਫੋਨ ਦੇ ਉੱਤੇ ਹੀ ਪੈਂਦਾ ਜੀ। ਇਹਦਾ ਉੱਚੋ ਖੁਸ਼ਬੂ ਵੀ ਆ ਰਹੀ, ਇਹ 'ਚੋਂ ਵੀ ਆ ਰਹੀ ਖੁਸ਼ਬੂ, ਬੇਟਾ ਇਹ 'ਚੋਂ ਵੀ ਆ ਰਹੀ ਕਹਿੰਦਾ ਮੁੰਡਾ। ਦੇਖੋ ਪ੍ਰਿੰਟਿੰਗ ਜਿਹੜੀ ਖੁਸ਼ਬੂ ਵਾਲਾ ਫੈਬਰਿਕ ਆ ਸਾਰਾ ਹੀ ਇਹਦਾ, ਆ ਨੀਚੇ ਬਾਰਡਰ ਐਮਬਰਾਇਡਰੀ ਵਾਲਾ। ਦੇਖੋ ਇਹ ਮੈਡਮ ਐਕਸਕਲੂਸਿਵ ਪੀਸ ਨੇ, ਕੋਟਨ ਤੁਸੀਂ ਬਹੁਤ ਪਾਉਂਦੇ ਹੋ, ਬਹੁਤ ਲੈਂਦੇ ਹੋ, ਐਸੀ ਗੱਲ ਨਹੀਂ, ਲੇਕਿਨ ਤੁਹਾਨੂੰ ਅਸੀਂ ਦਿਖਾਵਾਂਗੇ ਉਹ ਸੁਪਰ ਹੋਏਗਾ। ਦੇਖੋ ਆਹ ਦੇਖੋ, ਔਰਗੈਂਜ਼ਾ ਦਾ ਕੋਟਨ ਦੇ ਨਾਲ ਔਰਗੈਂਜ਼ਾ ਜੋਰਡਰ ਦਿੱਤੀ ਹੈ, ਉਹਦੇ 'ਤੇ ਐਮਬਰਾਇਡਰੀ ਸਾਰੀ ਕੀਤੀ ਹੈ, ਫਿਰ ਨੀਚੇ ਸਾਰੀ ਹੋਲਦਾਰੀ ਐਮਬਰਾਇਡਰੀ ਸਕੈਲਪਿੰਗ ਦੇ ਵਿੱਚ ਹੈ, ਆ ਉੱਪਰ ਨੈੱਕ ਆ ਗਿਆ, ਨਾਲ ਨਾਲ ਲੇਸਾਂ ਆ ਗਈਆਂ। ਦੇਖੋ ਇਹਦੇ 'ਚ ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ, ਅਤੇ ਮਿਕਸਰ ਮੈਚ ਬੋਟਮ ਆਏਗੀ ਟੈਕਸਚਰ ਪ੍ਰਿੰਟ ਦੀ, ਅਤੇ ਆਹ ਨਾਲ ਇਹਦੇ ਦੁਪੱਟਾ ਆਏਗਾ। ਲਓ ਜੀ, ਦੂਜਾ ਕਲਰ ਆਏਗਾ ਲਾਈਟ ਮੋਵ ਕਲਰ ਜੀ, ਇਹਦੇ 'ਚ ਦਿਓ ਜੀ ਪ੍ਰਾਈਸ ਕੀ ਨਿਕਲਿਆ ਬੇਟੇ। ਆਈਟਮ ਨੰਬਰ ਆਈ ਦੀ ਵੀਡੀਓ ਦੀ 19, ਅਤੇ ਪ੍ਰਾਈਸ ਪਏਗਾ 4980। ਲਓ ਜੀ, ਇਹ ਵੀ ਉਹਦੇ ਪੈਚਿੰਗ ਵਾਲੇ ਦੇ ਵਿੱਚ ਹੀ ਦੂਜਾ ਦਿਨ ਆ ਗਿਆ ਜੀ। ਇਹ ਵੀ ਚੀਜ਼ ਬਹੁਤ ਸੋਹਣੀ ਹੈ ਜੀ ਇਹਦੀ, ਇਹ ਐਕਚੁਲੀ ਮਿਲ ਮੇ ਲੇਲਨ ਕੱਪੜਾ ਜੀ, ਇਹਲਾ ਆਲ ਓਵਰ ਪਹਿਲਾਂ ਤਾਂ ਬੰਦ ਨਹੀਂ ਬਣੀ ਹੈ ਪ੍ਰਿੰਟ ਦੇ ਵਿੱਚ, ਠੀਕ ਹੈ, ਫਿਰ ਲਾਈਨਾਂ ਵਾਲੀ ਬੋਟਮ ਦੇ ਤੀ ਇਹਦੇ ਨਾਲ, ਠੀਕ ਹੈ ਜੀ। ਆਹ ਨੀਚੇ ਐਮਬਰਾਇਡਰੀ ਆ ਗਈ, ਔਰਗੈਂਜ਼ਾ ਦਾ ਪੈਚ ਲਿੱਤਾ ਹੋਇਆ ਉਹਦੇ 'ਤੇ ਐਮਬਰਾਇਡਰੀ ਆ ਗਈ, ਅਤੇ ਆਹ ਦੋਨੇ ਪਾਸੇ ਫਲਾਵਰ ਨੇ, ਮਤਲਬ ਜਿਵੇਂ ਉਹ ਪੂਰੀ ਗੁਲਾਬ ਦੀ ਟਹਿਣੀ ਕੱਟੀ ਹੁੰਦੀ ਨਹੀਂ, ਜਿਵੇਂ ਕਿਸੇ ਨੂੰ ਗਿਫਟ ਵਗੈਰਾ ਕਰਨਾ ਹੁੰਦਾ ਵੈਲੰਟਾਈਨ ਡੇ 'ਤੇ ਕਰਦੇ ਵਿਤਰੇ, ਅਸੀਂ ਕਰਨੀ ਜਾਂ ਸਰਵੋਸਕੀ ਵਗੈਰਾ ਲੱਗੀ ਇਹਦੇ 'ਚ, ਇਹ ਦੂਜੇ ਪਾਸੇ ਅਲੱਗ ਹੈ ਦੇਖੋ, ਇਹ 'ਚ ਇਹ ਸਾਰਾ ਪੈਚਿੰਗ ਦਾ ਕੰਮ ਹੈ, ਦੋ ਇੱਦਾਂ ਹੀ ਉੱਪਰ ਸਟਮਿਕ 'ਤੇ, ਉੱਪਰ ਸਾਈਡ 'ਤੇ ਬੋਡੀ 'ਤੇ ਆ ਜਾਏਗਾ। ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ, ਦੇਖੋ ਇੱਦਾਂ ਦੁਪੱਟਾ ਵੀ ਨਾਲ ਇਹਦੇ ਮਸਲੀਨ ਦਾ ਦੁਪੱਟਾ, ਉਹਦੇ 'ਤੇ ਬਲੋਕ ਪ੍ਰਿੰਟਿੰਗ ਵੀ ਹੈ, ਲੇਸਿਸ ਵੀ ਹੈ। ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ, ਅਤੇ ਦੂਜਾ ਕਲਰ ਇੱਛ ਹੈਗਾ ਜੀ ਵਾਲਾ ਗ੍ਰੀਨ, ਬਲੂਸ਼ ਗ੍ਰੀਨ ਕਲਰ ਹੈ, ਮਤਲਬ ਇਹ ਦੇਖੋ ਓਰੀਜਨਲ ਗੁਲਾਬ ਹੀ ਲੱਗਦਾ ਇੱਕ ਤਾਂ ਜੀ, ਦੂਜਾ ਕਲਰ ਇੱਛ ਆਏਗਾ ਜੀ ਇਹਦਾ। ਦਿਓ ਜੀ ਪ੍ਰਾਈਸ ਕੀ ਨਿਕਲਿਆ ਬੇਟੇ ਇਹਦਾ, ਆਈਟਮ ਨੰਬਰ 20 ਲਾਸਟ ਆਈਟਮ ਆ ਜੀ, ਅਤੇ ਪ੍ਰਾਈਜ਼ ਇਹਦਾ ਪਏਗਾ 2990 ਰੁਪਈਏ ਆਪਾਂ ਨੂੰ ਜੀ। ਅਤੇ ਨੰਬਰ ਬੇਟਾ ਇੱਕ ਵਾਰੀ ਫਿਰ ਦਿਖਾ ਦਿਓ ਪਲੀਜ਼। ਲਓ ਜੀ, ਇਹ ਨੰਬਰ ਹੈ ਸਾਡੇ ਸਟੋਰ ਦੇ ਜਿਨ੍ਹਾਂ 'ਤੇ ਆਪਾਂ ਔਡਰ ਕਰਨੇ ਨੇ, ਕੋਸ਼ਿਸ਼ ਕਰਨੀ ਕਿ ਆਪਾਂ ਇਹਨਾਂ ਨੰਬਰਾਂ 'ਤੇ ਹੀ ਕਾਲ ਕਰਨੀ, ਠੀਕ ਹੈ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ ਜੀ।